अस्सलाम वालेकुम ब्यूटीफुल पीपल। आज दे व्लॉग की शुरुआत करते हैं। 2:30 बज गए हैं सुबह, बल्कि दोपहर दे। मैं घंटा पहले उठिया वा, नहाता धोता वा। अज जुमे का दिन है, मैं क्या जुमा ही पढ़ना वा, तब थोड़ा छेती उठ गया अज मैं। तो जुमा पढ़ के फिर दोबारा तुम मिलते हैं। ਜੁਮਾ ਬਣ ਗਿਆ ਸੀਗਾ, ਪਰ ਜੁਮਾ ਲੰਘ ਗਿਆ ਜਿਸ ਵਜ੍ਹਾ ਤੋਂ ਜੁਮਾ ਨਹੀਂ ਪਾਰ ਹੋਇਆ। ਅਤੇ ਉਹਦੇ ਬਾਅਦ 'ਚੋਂ ਫਿਰ ਮੈਂ ਹੁਣ ਮਾਮੂ ਦਫ਼ਤਰ ਆ ਗਿਆ, ਹੁਣ ਇੱਥੇ ਬੈਠਾ ਆ। ਮੈਂ ਆਇਆ ਪੈਦਲ ਹੀ ਆਇਆ ਅੱਜ। ਮੈਂ ਕਿਹਾ ਪੈਦਲ ਤੁਰ ਕੇ ਦੇਖੀਏ, ਨਾਲੇ ਇੱਥੇ ਦਾ ਆਵਾਮ ਦਾ ਪਤਾ ਚੱਲੇ, ਨਾਲੇ ਰੋਡਾਂ ਦਾ ਕੋਈ ਪਤਾ ਚੱਲੇ, ਇਕੱਲੇ ਕੋਈ ਫਿਰ ਕੇ ਦੇਖੀਏ ਹੈ ਨਾ। ਅਤੇ ਮੈਨੂੰ ਤਕਰੀਬਨ 50 ਮਿੰਟ ਲੱਗੇ, ਮੈਂ ਪੈਦਲ ਤੁਰਿਆ ਕੋਈ 7-8 ਕਿਲੋਮੀਟਰ। ਮੈਂ ਪੈਦਲ ਤੁਰਿਆ, ਬਿਲਕੁਲ ਨਹੀਂ ਪਤਾ ਲੱਗਿਆ। ਜਿੱਦਾਂ ਉਹ 'ਚ ਨਹੀਂ ਕਹਿੰਦੇ, ਉਹ ਫਿਲਮ 'ਚ ਕਹਿੰਦੇ, ਕਹਿੰਦੇ ਲੈ ਕੁੱਤਾ ਸਾਈ ਰਾਤ ਮੇਰਾ ਮੂੰਹ ਚੱਟਦਾ ਰਿਹਾ, ਬਿਲਕੁਲ ਕੁਛ ਵੀ ਨਹੀਂ ਹੋਇਆ। ਕਹਿੰਦਾ ਉਹੀ ਹਿਸਾਬ ਮੇਰੇ ਨਾਲ ਹੋਇਆ। ਮੈਨੂੰ ਸੀਗਾ ਪਤਾ ਨਹੀਂ ਕਿੰਨਾ ਕੁ ਮੈਂ ਥੱਕ ਜਾਊਂ, ਕੋਈ ਚੱਕਰ ਨਹੀਂ, ਕੋਈ ਗੱਲਬਾਤ ਨਹੀਂ ਹੈ। ਅਤੇ ਉਹਦੇ ਇਹ ਹੈ ਕਿ ਭੁੱਖ ਬੜੀ ਲੱਗ ਗਈ। ਅਤੇ ਹੁਣ ਆਪਾਂ ਨਾਸ਼ਤਾ ਵੀ ਕਰ ਰਹੇ ਹਾਂ, ਇਹ ਲੰਚ ਵੀ ਹੋ ਗਿਆ। ਨਾਲ ਹੀ ਦੁਕਾਨ ਹੈ ਰਸਟੀਜ਼ ਦੀ, ਉੱਥੋਂ ਮੈਂ ਬਰਗਰ ਲੈ ਲਿਆ, ਫਰਾਈਜ਼ ਲੈ ਲਈ, ਨਗਰਸ ਲੈ ਲਏ। ਮੈਂ ਕਿਹਾ ਖਾਂਦੇ ਹਾਂ ਜਿਹੜਾ ਭੁੱਖ ਮਿਟਾਉਂਦੇ ਹਾਂ ਅਤੇ ਜਿਹੜਾ ਤਰੋ ਤਾਜ਼ਾ ਹੁੰਦੇ ਹਾਂ। ਉਹਦੇ ਬਾਅਦ ਚੋਂ ਇੱਕ ਚੀਜ਼ ਮੈਂ ਹੋਰ ਦੇਖੀ ਆ, ਇੱਥੇ ਮੈਂ ਤੁਰਦਾ ਆਇਆ, ਇੰਨੇ ਕੁ ਲੋਕ ਇੱਥੇ ਸਿਵਿਲਾਈਜ਼ਡ ਹੈ, ਆਪਣੀ ਲਾਈਨ 'ਚ ਜਾ ਰਹੇ ਆ, ਪੈਦਲ ਵਾਲੇ ਵੀ, ਦੂਸਰੇ ਵੀ, ਬੜੇ ਬਹੁਤ ਹੀ ਅੱਛਾ ਲੱਗਿਆ ਇਹ ਚੀਜ਼ ਦੇਖ ਕੇ ਨਾ। ਹਰ ਕੋਈ ਬੰਦਾ ਆਪਣੀ ਮਗਨ 'ਚ ਜਾ ਰਿਹਾ, ਉਹਨੂੰ ਕਿਸੇ ਨਾਲ ਕੋਈ ਚੱਕਰ ਨਹੀਂ, ਕੋਈ ਚੈਨ ਨਹੀਂ। ਉੱਥੇ ਉਹ ਲੋਕ ਉੱਦਾਂ ਹੀ ਸਦਾਈ ਹੁੰਦੇ ਆ। ਸ਼ਟਰ ਆਇਆ ਮਾਰੋ ਹੈ, ਤੇਜ਼ ਜਾ ਕੇ ਪੈਰ ਦੁਕਾਨ ਬੰਦ ਹੁੰਦੀ ਸੀ। ਇੱਥੇ ਆ ਬਟਨ ਦੱਬਿਆ, ਅੰਗਰੇਜ਼ੀ ਮੋੜ, ਆਰਾਮ ਨਾਲ ਬੰਦ ਹੋ ਗਿਆ। ਇੰਨਾ ਕੰਮ ਦਾ ਉੱਥੇ ਫੜ ਵੀ, ਉਧਰੋਂ ਫੜ ਵੀ, ਇਧਰੋਂ ਪੈਰ ਲਾ ਵੀ, ਤਾਲੇ ਲਾਉਣੇ ਵੀ, ਇੱਥੇ ਬਟਨ ਦੱਬਿਆ ਬੰਦ ਹੋ ਗਿਆ। ਬਾਅਦ ਇੰਨੀ ਗੱਲ
ਬਈ ਆਹ ਵਾ ਡਿਕਸੀ ਦੁਕਾਨ, ਇਹਦੇ ਵਿੰਗਸ ਬੜੇ ਅੱਛੇ ਹੁੰਦੇ। ਆਪਾਂ ਮੈਂ ਕਿਹਾ ਬਥੇਰਾ ਫਿਰ ਫੁੱਲ ਲਿਆ, ਆਹ ਇੱਕ ਚਾਹੇ ਹੱਬ ਤੁਹਾਨੂੰ ਦਿਖਾਈਏ। ਲੈ ਵੀ ਆਹ ਵਿੰਗਸ ਆਪਾਂ ਲੈ ਲਏ ਆ, ਇਹ ਆਪਾਂ ਨੂੰ ਗੱਡੀ ਬਹਿ ਖਾਂਦੇ ਆ। ਓ ਮਾਈ ਗਾਡ, ਆ ਹੈਗੇ ਆ ਜਿਹੜੇ ਆ ਨਸ਼ਈ ਨਸ਼ੂਈ ਆ ਨਾ, ਉਹ ਸਾਰੇ ਇੱਥੇ ਲਿਆ ਕੇ ਮਾਰ ਦਈਦੇ ਆ ਘਰ 'ਚ ਜਿੰਨੇ ਵੀ। ਇਹ ਹੈਗਾ ਰੀਹੈਬ ਨਸ਼ਈਆਂ ਵਾਸਤੇ, ਵੋਕਸ ਲਿਵਿੰਗ। ਹਾਂ ਘਰ ਵਾਪਸ ਆ ਗਏ ਹੈ ਭਾਈ। ਬਾਹਰ ਬਹੁਤ ਬਾਰਿਸ਼ ਹੋਣੇ ਲੱਗ ਗਈ ਥੀ, ਹਵਾ ਇਤਨੀ ਤੇਜ਼ ਹੋਣੇ ਲੱਗ ਗਈ ਥੀ, ਹਵਾ ਬਹੁਤ ਜ਼ਿਆਦਾ ਤੇਜ਼ ਚੱਲਣ ਲੱਗ ਗਈ ਥੀ ਬੜੋ, ਬਹੁਤ ਜ਼ਿਆਦਾ ਹਵਾ ਚੱਲਣ ਲੱਗੀ। ਤਾਂ ਮੈਂ ਸੋਚਿਆ ਫਿਰ ਘਰ ਆ ਜਾਏ, ਘਰ ਆ ਕੇ ਫਿਰ ਮੈਨੇ ਵੋ ਜੋ ਲੀਏ ਥੇ ਵਿੰਗਸ ਵੋ ਖਾਏ। ਔਰ ਅਬ ਹਮ ਖਾ ਰਹੇ ਹੈ ਡਿਨਰ ਕਰ ਰਹੇ ਹੈ, ਔਰ ਡਿਨਰ ਮੈਂ ਕਿਆ ਹੈ ਉਹ ਵੀ ਆਪਕੋ ਦਿਖਾਤੇ ਹੈ। ਯੇ ਹੈ ਜੀ ਚਿਕਨ ਟੋਟੀਲਾ ਰੈਪਸ, ਔਰ ਯੇ ਹੈ ਇਟਾਲੀਅਨ ਡਿਸ਼ ਹੈ ਯੇ, ਔਰ ਪਾਕਿਸਤਾਨ ਮੇਂ ਵੀ ਮੈਨੇ ਖਾਇਆ ਥਾ, ਲੇਕਿਨ ਅਬ ਯੇ ਅਬ ਯੂਕੇ ਕਾ ਖਾ ਕੇ ਦੇਖਤੇ ਹੈ। ਯੇ ਹੈਂਡਮੇਡ ਬਣਾ ਹੁਆ ਹੈ, ਘਰ ਬਣਾਇਆ, ਔਰ ਉਮੀਦ ਹੈ ਬਹੁਤ ਅੱਛਾ ਹੋਗਾ। ਯੇ ਬ੍ਰੈਡ ਹੈ, ਔਰ ਬ੍ਰੈਡ ਕੇ ਅੰਦਰ ਚਿਕਨ ਹੈ, ਔਰ ਚਿਕਨ ਕੇ ਅੰਦਰ ਸਾਥ ਸੈਲਡ ਹੈ, ਔਰ ਸਾਥ ਸੋਸ ਹੈ। ਚਲੋ ਜੀ, ਬਥੇਰੀ ਤੁਹਾਨੂੰ ਇਨਫੋਰਮੇਸ਼ਨ ਦੇ ਦਿੱਤੀ ਹੈ, ਅਤੇ ਬਥੇਰੀ ਉਰਦੂ 'ਚ ਮੈਂ ਗੱਲ ਕਰ ਲਈ ਹੈ, ਅਤੇ ਹੁਣ ਜਰਾ ਮੈਨੂੰ ਖਾਣ ਦਿਓ। ਬਾਏ ਬਾਏ।